ਬੀਤੀ 16 ਅਗਸਤ ਦਾ ਉਹ ਦਿਨ ਜਦੋਂ ਘਰ ਬੈਠੇ ਬਿਠਾਏ ਲੋਕਾਂ ਦੇ ਉੱਤੇ ਕਹਿਰ ਵਰ ਗਿਆ। ਹੜ੍ਹਾਂ ਨੇ ਤਾਂ ਲੋਕਾਂ ਦੀ ਜ਼ਿੰਦਗੀ ਇਸ ਕਦਰ ਪ੍ਰਭਾਵਿਤ ਕੀਤੀ ਕਿ ਅੱਜ ਤੱਕ ਤਾਣਾ ਬਾਣਾ ਲੋਟ ਨਹੀਂ ਆ ਰਿਹਾ। ਪਰ ਹੁਣ ਇੱਥੇ ਅਸੀਂ ਕੁਦਰਤੀ ਤ੍ਰਾਸਦੀ ਦੀ ਗੱਲ ਨਹੀਂ ਕਰ ਰਹੇ। ਦਰਅਸਲ ਰੋਣਾ ਤਾਂ ਸਰਕਾਰੀ ਅਤੇ ਸਿਆਸੀ ਵਾਅਦਿਆਂ ਦਾ, ਜਿਹੜਾ ਰਹਿ ਰਹਿ ਕੇ ਇਹਨਾਂ ਹੜ੍ਹ ਪੀੜਤਾਂ ਦੇ ਜ਼ਖਮਾਂ ਦੇ ਉੱਤੇ ਨੂਣ ਛਿੜਕ ਰਿਹਾ। ਹੁਣ ਤੱਕ ਦੀ ਗੱਲ ਕਰੀਏ ਤਾਂ ਇਹਨਾਂ ਹੜ੍ਹ ਪੀੜਤਾਂ ਨੂੰ ਖਰਾਬੇ ਦਾ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ, ਜਿਸ ਕਰਕੇ ਇਹਨਾਂ ਲੋਕਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ। ਕੀ ਨਾਮ ਹੈ ਜੀ ਆਪਣਾ? ਜਸਵੀਰ ਸਿੰਘ ਹੈ ਜੀ। ਜਸਵੀਰ ਸਿੰਘ, ਕਿਹੜੇ ਪਿੰਡ ਤੋਂ ਗੱਲ ਕਰ ਰਹੇ? ਕਿੰਨਾ ਕੁ ਨੁਕਸਾਨ ਹੋਇਆ ਸੀ ਹੜ੍ਹਾਂ 'ਚ ਤੁਹਾਡਾ? ਨੁਕਸਾਨ ਤਾਂ ਜੀ ਬਾਹਲਾ ਹੋਇਆ ਜੀ। ਕਿੰਨਾ ਹੋਇਆ ਸੀ? ਹੁਣ 30-40 ਹਜ਼ਾਰ ਆਏ ਸਾਲ ਅਸੀਂ ਤੂੜੀ ਲੈਂਦੇ ਹਾਂ ਜੀ, ਜਾਣੀ ਕਿ ਸਿਰਫ ਉਹਨਾਂ ਦੇ ਸਿਰ ਪਰ ਰੋਟੀ, ਸਾਡੀ ਹੋਰ ਕੋਈ ਗੁਜ਼ਾਰਾ ਨਹੀਂ ਹੈਗਾ ਜੀ। ਉਹ ਵੀ ਸਾਡੀ ਖਰਾਬ ਹੋਈ ਵੀ ਆ, 3800 ਰੁਪਇਆ ਗੌਰਮੈਂਟ ਦਾ ਆਇਆ ਜੀ ਸਰ ਉਹਦੇ ਵਿੱਚ। ਤਾਂ ਦੇਖੋ ਜੀ, ਜਿਹੜੀ ਮਾੜੀ ਮੋਟੀ ਜੀ ਖੇਤੀ ਹੈਗੀ ਜੀ, ਉਹ ਵੀ ਐਡੀ ਹੁਣ ਜਾ ਕੇ ਦੇਖੋ ਜੀ ਵੀ ਬਾਹੀ ਵਾਸਤੇ ਹੈ ਨਹੀਂ। ਘਰ ਦਾ ਨੁਕਸਾਨ ਕਿੰਨਾ? ਘਰ ਦਾ ਬਾਹਲਾ ਹੋਇਆ ਬਾ ਜੀ, ਅਤੇ ਪੱਠੇ ਹੁਣ ਮੁੱਲ ਲੈ ਰਹੇ ਆ ਜੀ ਨਾਲ ਦੀ ਨਾਲ। ਅੱਛਾ ਨਹੀਂ, ਸਭ ਤੋਂ ਸਮਾਜ ਸੇਵੀ ਸੰਸਥਾਵਾਂ ਨੇ ਸਭ ਤੋਂ ਵੱਧ ਦਾਨ ਤਾਂ ਜਿਹੜਾ ਇੱਥੇ ਕੀਤਾ ਸੀਗਾ, ਤੁਹਾਨੂੰ ਮਿਲਿਆ ਨਹੀਂ ਉਹਦੇ 'ਚ ਕੁਛ? ਦੇਖੋ, ਮਿਲੇ ਰਾਸ਼ਨ ਪਾਣੀ ਆਇਆ ਜੀ, ਸਾਰਿਆਂ ਦਾ ਧੰਨਵਾਦ ਕਹਿੰਦੇ ਰਾਸ਼ਨ ਪਾਣੀ ਦਾ, ਜਿਹਨੇ ਸਰਕਾਰ ਵੱਲੋਂ ਕੋਈ ਮਦਦ ਨਹੀਂ। ਸਰਕਾਰ ਵੱਲੋਂ ਕੋਈ ਮਦਦ ਨਹੀਂ? ਹਾਂਜੀ, ਦੇਖੋ ਆਹ ਪਿਆ ਜੀ, ਦੇਖੋ ਇੱਕ। ਦੇਖੋ ਜੀ, ਅੱਜ ਅਸੀਂ ਪਿੱਛੇ ਦੇ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ, ਉਹਦੇ ਵਿੱਚ ਜਿਹੜਾ ਰੋਪੜ ਸ਼ਹਿਰ ਦੇ ਨੇੜੇ ਪਿੰਡ ਹੈ ਜੀ ਫੂਲ ਕਲਾਂ, ਇੱਥੇ ਵੀ ਕਾਫੀ ਹੜ੍ਹਾਂ ਨੇ ਮਾਰ ਕੀਤੀ ਆ। ਅਸੀਂ ਆਮ ਆਦਮੀ ਪਾਰਟੀ ਵੱਲੋਂ ਸਰਵੇ ਵੀ ਕਰਾਇਆ ਸੀਗਾ ਜੀ, ਇਕੱਲੇ ਇਕੱਲੇ ਘਰ ਜਾ ਕੇ ਸਰਵੇ ਕੀਤਾ ਜੀ। ਕਰੋੜਾਂ ਰੁਪਏ ਦਾ ਨੁਕਸਾਨ ਇਸ ਪਿੰਡ ਦੇ ਵਿੱਚ ਹੋਇਆ। ਇਹ ਅੱਜ ਲੋਕ ਵੀ ਸਾਰੇ ਖੜ੍ਹੇ ਨੇ ਇੱਥੇ, ਜਦੋਂ ਅਸੀਂ ਇੱਥੇ ਆਏ ਇਹ ਸਾਡੇ ਕੋਲੋਂ ਮੰਗ ਕਰਨ ਲੱਗੇ ਕਿ ਸਾਨੂੰ ਸਰਕਾਰ ਨੇ ਕੋਈ ਵੀ ਪੈਸਾ ਨਹੀਂ ਦਿੱਤਾ, ਜੇ ਦਿੱਤਾ ਵੀ ਹੈ ਤਾਂ ਮਾਤਰ 3800 ਰੁਪਏ ਦਾ ਚੈੱਕ। ਤੁਸੀਂ ਦੇਖੋ ਕਿ 3800 ਰੁਪਏ ਦੇ ਚੈੱਕ ਦੇ ਨਾਲ ਤਾਂ ਇੱਕ ਬੈੱਡਾਂ ਦੀ ਜੋੜੀ ਵੀ ਨਹੀਂ ਬਣਦੀ ਹੈਗੀ। ਇਹਨਾਂ ਦਾ ਜਿੰਨਾ ਨੁਕਸਾਨ ਪਸ਼ੂਆਂ ਦਾ ਹੋਇਆ ਹੈ, ਹੋਰ ਨੁਕਸਾਨ ਹੋਇਆ ਹੈ ਕੱਪੜਿਆਂ ਦਾ ਹੋਇਆ, ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਇਹਨਾਂ ਦੀ ਨੁਕਸਾਨ ਦੀ ਭਰਪਾਈ ਸਰਕਾਰ ਨੇ ਨਹੀਂ ਕੀਤੀ। ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਲੱਖਾਂ ਵਾਅਦੇ ਕਰਦੀ ਆ ਲੋਕਾਂ ਦੇ ਨਾਲ ਕਿ ਅਸੀਂ ਇਹ ਕਰਦਾਂਗੇ ਵੋ ਕਰਦਾਂਗੇ, ਪਰ ਇਹ ਪਿੰਡ ਦੇ ਵਿੱਚ ਆ ਕੇ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਇਹਨਾਂ ਦੀ ਬਾਂਹ ਨਹੀਂ ਫੜੀ। ਦੇਖੋ, ਸਰਕਾਰ ਤੋਂ ਜਿਹੜੇ ਇੰਡੀਵਿਜੁਅਲ ਲਾਸ ਜਿਵੇਂ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਕੋਈ ਮਾਲੀ ਨੁਕਸਾਨ ਹੋਇਆ ਹੈਗਾ, ਘਰ ਕੋਈ ਯੂਟੈਂਸਿਲਸ ਦਾ, ਕੱਪੜਿਆਂ ਦਾ, ਉਹ ਵਾਲੇ ਪੈਸੇ ਜਿਹੜੇ ਡਿਸਟ੍ਰੀਬਿਊਟ ਹੋ ਚੁੱਕੇ ਹੈਗੇ। ਜਿਹੜੇ ਪੈਸੇ ਤੁਸੀਂ ਗੱਲ ਕਰਦੇ ਹੋ ਕਿ ਜਿਹਨਾਂ ਲੋਕਾਂ ਦੀ ਜ਼ਮੀਨ ਦਾ ਨੁਕਸਾਨ ਹੋਇਆ ਹੈਗਾ ਜਾਂ ਜਿਹਨਾਂ ਦੀ ਪ੍ਰੋਡਕਟਿਵਿਟੀ ਦਾ ਨੁਕਸਾਨ ਹੋਇਆ ਹੈਗਾ, ਉਹ ਵਾਲਾ ਖਰਾਬਾ, ਉਹਦੇ ਅਜੇ ਪੈਸੇ ਨਹੀਂ ਹੈ। ਸਾਡੀ ਰਿਪੋਰਟਾਂ ਚਲੀ ਗਈਆਂ ਹੈਗੀਆਂ, ਔਰ ਉਹ ਗਵਰਨਮੈਂਟ ਆਫ ਇੰਡੀਆ ਤੋਂ ਜਿਵੇਂ ਪੈਸੇ ਆ ਜਾਣਗੇ ਅਤੇ ਗਵਰਨਮੈਂਟ ਆਫ ਪੰਜਾਬ ਸਾਨੂੰ ਟ੍ਰਾਂਸਫਰ ਕਰਕੇ ਸਾਰਿਆਂ 'ਚ ਵੰਡ ਦਿੱਤਾ ਜਾ ਰਿਹਾ। ਸਰ, ਹੜ੍ਹ ਪੀੜਤ ਇਤਰਾਜ਼ ਕਰ ਰਹੇ, ਸਿਰਫ 3800 ਰੁਪਇਆ ਮਿਲਿਆ ਖਾਤੇ ਜੋ ਉਹਨਾਂ ਨੂੰ? ਨਹੀਂ, 3800 ਤਾਂ ਜਿਵੇਂ ਇਸ ਲਈ ਮਿਲਿਆ, 1800 ਰੁਪਇਆ ਸ਼ਾਇਦ ਯੂਟੈਂਸਿਲ ਦਾ ਹੈਗਾ ਅਤੇ 2000 ਕੱਪੜਿਆਂ ਦਾ ਹੈਗਾ। ਉਹ ਇਮੀਡੀਏਟ ਜਿਹੜੀ ਰਿਲੀਫ ਹੈ ਉਹ ਸਰਕਾਰ ਨੇ ਦਿੱਤੀ ਹੈਗੀ, ਮੈਨੂੰ ਐਗਜੈਕਟ ਫਿਗਰ ਨਹੀਂ, ਬਟ ਅਰਾਊਂਡ 1.3 ਕਰੋੜ ਪੂਰੇ ਜ਼ਿਲ੍ਹੇ 'ਚ ਹੈਗੇ। ਅਤੇ ਜਦੋਂ ਅਸੀਂ ਗੱਲ ਕਰੀਏ, ਓਬਵੀਅਸਲੀ 4000 ਦੇ ਹੀ ਰੇਸ਼ੋ ਬਣੇਗੀ ਅਗਰ ਅਸੀਂ ਇੱਕ ਇੱਕ ਫੈਮਿਲੀ ਦੀ ਗੱਲ ਕਰਾਂਗੇ। ਬਟ ਜਿਹੜਾ ਮੇਨ ਪੈਸਾ ਹੈਗਾ, ਜਿਹੜਾ 15,000 ਜਿਹੜਾ ਪਰ ਏਕੜ ਆਉਂਦਾ ਹੈਗਾ, ਉਹ ਜਦੋਂ ਆ ਜਾਵੇਗਾ ਤਾਂ ਸਾਰਿਆਂ ਨੂੰ ਡਿਸਟ੍ਰੀਬਿਊਟ ਕੀਤਾ ਜਾਵੇਗਾ। ਅਜੇ ਕਿਸੇ ਨੂੰ ਵੀ ਨਹੀਂ ਮਿਲਿਆ ਹੈਗਾ, ਸ਼ਾਇਦ ਪੂਰੇ ਪੰਜਾਬ 'ਚ ਕਿਸੇ ਨੂੰ ਵੀ ਨਹੀਂ ਮਿਲਿਆ, ਕਿਉਂਕਿ ਗਵਰਨਮੈਂਟ ਆਫ ਇੰਡੀਆ ਜਦੋਂ ਫੰਡ ਰਿਲੀਜ਼ ਕਰੇਗਾ ਉਹਦੇ ਬਾਅਦ ਹੀ ਇਹ ਪੈਸੇ ਡਿਸਟ੍ਰੀਬਿਊਟ ਹੋਣਗੇ। ਪਹਿਲਾਂ ਪੂਰਾ ਜ਼ਿਲ੍ਹਾ ਪ੍ਰਸ਼ਾਸਨ, ਪੂਰੇ ਜਿਹੜੇ ਡੀਸੀ ਸਾਹਿਬਾਨ, ਤਹਿਸੀਲਦਾਰ ਸਾਹਿਬ ਇਸ ਜਗ੍ਹਾ 'ਤੇ ਆਏ ਅਤੇ ਔਰ ਸਾਡੀ ਟੀਮ ਪੂਰੀ ਇੱਥੇ ਪਹੁੰਚੀ ਸੀਗੀ। ਤੁਸੀਂ ਖੁਦ ਵੀ ਦੇਖ ਸਕਦੇ ਹੋ ਕਿ ਇਹ ਰੋਡ ਉਸੇ ਤਰ੍ਹਾਂ ਟੁੱਟਿਆ ਹੋਇਆ ਜਿਵੇਂ ਹੜ੍ਹਾਂ ਦੇ ਨਾਲ ਟੁੱਟ ਗਏ, ਬਿਲਕੁਲ ਬਰਬਾਦ ਹੋ ਗਿਆ ਸੀ ਰੋਡ, ਔਰ ਅੱਜ ਵੀ ਉਹ ਕੰਡੀਸ਼ਨਾਂ ਜੋ 4 ਮਹੀਨੇ ਪਹਿਲਾਂ ਸੀਗੀ। ਤੁਸੀਂ ਸਰਕਾਰ ਨੂੰ
ਇੱਥੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਨਲਾਇਕੀ ਇੱਥੋਂ ਦੇਖ ਲਓ ਕਿ ਜਿਵੇਂ ਅੱਜ ਅਸੀਂ ਆਪਣਾ ਇੱਕ ਗਰੀਬ ਪਰਿਵਾਰ ਨੂੰ ਮਾਤਾ ਜੀ ਨੂੰ ਘਰ ਬਣਾ ਕੇ ਦਿੱਤਾ, ਉਹ ਦੋ ਬੇਟੇ ਨੇ ਉਹਨਾਂ ਦੇ ਬਹੁਤ ਸੋਹਣੇ ਬੇਟੇ ਨੇ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਨਹੀਂ ਦਿਖ ਰਿਹਾ, ਔਰ ਉਹਨਾਂ ਦਾ ਇਲਾਜ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਜੀ ਕਰਵਾ ਰਹੇ ਨੇ, ਔਰ ਉਹਨਾਂ ਨੂੰ ਮਕਾਨ ਜਿਹੜਾ ਆਮ ਆਦਮੀ ਪਾਰਟੀ ਔਰ ਹੋਰ ਸਮਾਜਿਕ ਸੰਸਥਾਵਾਂ ਨੇ ਬਣਾ ਕੇ ਦਿੱਤਾ। ਜਦੋਂ ਸਰਕਾਰਾਂ ਦਾ ਇਹੋ ਜਿਹੇ ਪਰਿਵਾਰਾਂ ਵੱਲ ਵੀ ਇਹੋ ਜਿਹੇ ਪਰਿਵਾਰਾਂ ਨੂੰ ਵੀ ਇੱਕ ਮੈਡੀਸਨ ਜਿਹੜੀ ਦਵਾਈ ਆ ਫ੍ਰੀ ਨਹੀਂ ਦਿੱਤੀ ਜਾ ਸਕਦੀ, ਤਾਂ ਸਰਕਾਰ ਤੋਂ ਆਪਾਂ ਕੀ ਆਸ ਰੱਖ ਸਕਦੇ ਹਾਂ। ਇੱਥੇ ਸਾਡੇ ਸਰਦਾਰ ਜੀ ਖੜ੍ਹੇ ਨੇ, ਇੱਧਰ ਆਓ ਜਿਹੜਾ ਜੀ, ਇਹਨਾਂ ਨੂੰ 3800 ਰੁਪਏ ਦਾ ਚੈੱਕ ਮਿਲਿਆ, ਜਦੋਂ ਕਿ ਆਪ ਦੱਸਣਗੇ ਕਿ 40-45 ਹਜ਼ਾਰ ਦੀ ਜਿਹੜੀ ਤੂੜੀ ਹੈ ਜਾਂ ਇਹਨਾਂ ਦੀ ਫਸਲ ਬਰਬਾਦ ਹੋ ਗਈ, ਔਰ 2-2.5 ਲੱਖ ਦਾ ਮਕਾਨ ਉਹ ਟੁੱਟ ਕੇ ਬਿਲਕੁਲ ਡਿੱਗ ਗਿਆ। 3800 ਰੁਪਏ ਦੇ ਨਾਲ ਇੱਕ ਬੈੱਡਾਂ ਦੀ ਜੋੜੀ ਵੀ ਨਹੀਂ ਆਉਂਦੀ ਜਿਵੇਂ ਦੱਸਿਆ ਸਾਡੇ ਸ਼ਹਿਰੀ ਪ੍ਰਧਾਨ ਸਾਹਿਬ ਨੇ, ਅਤੇ ਤੁਸੀਂ ਇਹਨਾਂ ਤੋਂ ਖੁਦ ਵੀ ਸੁਣ ਸਕਦੇ ਹੋ ਕਿ ਇੱਥੇ ਕੁਛ ਨਹੀਂ ਹੈ। ਇਹ ਜਿਹੜੇ ਸਾਰੇ ਲੋਕ ਨੇ ਇਹਨਾਂ ਨੇ ਸਾਡੇ ਕੋਲ ਪਹੁੰਚ ਕੀਤੀ ਕਿ ਅਸੀਂ 300 ਰੁਪਇਆ ਵਿੱਚ ਪਾ ਗਏ, 4100 ਦਾ ਜਿਹੜਾ ਸ਼ਗਨ ਦੇ ਤੌਰ 'ਤੇ ਅਸੀਂ ਪੰਜਾਬ ਸਰਕਾਰ ਨੂੰ ਵਾਪਸ ਭੇਜਣ ਨੂੰ ਤਿਆਰ ਹਾਂ, ਅਤੇ ਬਾਕੀ ਤੁਸੀਂ ਖੁਦ ਇਹਨਾਂ ਤੋਂ। ਜਸਵੰਤ ਕੌਰ ਜੀ, ਕਿਹੜੇ ਪਿੰਡ ਤੋਂ ਗੱਲ ਕਰ ਰਹੇ ਹੋ? ਫੂਲ ਪਿੰਡ ਤੋਂ ਜੀ। ਸਰਕਾਰ ਵੱਲੋਂ ਜਿਹੜਾ ਹੈਗਾ ਕੋਈ ਮੁਆਵਜ਼ਾ ਮਿਲਿਆ ਤੁਹਾਨੂੰ ਹੜਾਂ ਦਾ? ਨਹੀਂ ਜੀ, ਕੁਝ ਵੀ, ਬਸ 3800 ਰੁਪਇਆ ਆਇਆ ਜੀ। ਅੱਛਾ, ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਜੀ ਵਾਧੂ ਹੈ, 100 ਥੈਲਾ ਸਿਮੈਂਟ ਦਾ ਸੀਗਾ ਜੀ, ਉਹ ਵੀ ਹੜ ਗਿਆ ਜੀ, ਪੱਥਰ ਬਣ ਗਿਆ ਕੁਛ। ਬਜਰੀ ਸੀਗੀ ਉਹ ਵੀ ਹੜ ਗਈ, ਰੇਤੇ ਦੀਆਂ 3 ਟਰਾਲੀਆਂ ਸੀਗੀਆਂ ਉਹ ਵੀ ਹੜ ਗਈਆਂ ਜੀ। ਅੱਛਾ, ਕਾਹਦੇ ਵਾਸਤੇ ਲਿਆਂਦਾ ਸੀ ਸਮਾਨ ਇਹ? ਜੀ ਆਪਣਾ ਮਕਾਨ ਸ਼ੁਰੂ ਕੀਤਾ ਵਾ ਜੀ ਪਾਣੀ ਨੂੰ। ਅੱਛਾ, ਮਿਲਿਆ ਨਹੀਂ ਸਰਕਾਰ ਵੱਲੋਂ ਕੁਛ? ਕੁਛ ਨਹੀਂ ਮਿਲਿਆ ਜੀ, ਸਰਕਾਰ ਨੇ ਕੋਈ ਮਦਦ ਨਹੀਂ ਕਰੀ, 3800 ਰੁਪਏ ਦੀ ਮਦਦ ਕਰੀ ਜੀ, ਉਹ ਤੋਂ ਵਾਧੂ ਕੋਈ ਮਦਦ ਨਹੀਂ ਹੈਗੀ ਸਾਡੀ। ਕੀ ਨਾਮ ਹੈ ਜੀ ਆਪਣਾ? ਮੇਰੇ ਬਲਵਿੰਦਰ ਕੌਰ ਹੈ ਜੀ। ਕਿਹੜੇ ਪਿੰਡ ਤੋਂ ਗੱਲ ਕਰ ਰਹੇ ਹੋ? ਅਸੀਂ ਫੂਲ ਤੋਂ ਜੀ, ਕਰ ਲਾ ਕਰ। ਅੱਛਾ, ਕਿੰਨਾ ਕੁ ਨੁਕਸਾਨ ਹੋਇਆ ਸੀ ਹੜਾਂ 'ਚ ਤੁਹਾਡਾ? ਸਾਡਾ ਨੁਕਸਾਨ ਜੀ, ਚਲੋ ਮੈਂ ਉੱਪਰ ਰਹਿੰਦੀ ਹੈ, ਥੱਲੇ ਮੇਰੇ ਸਮਾਨ ਪੇਟੀ ਪਈ ਤੀ, ਉਹਦੇ ਵਿੱਚ ਸਾਰਾ ਕੱਪੜਾ ਖਰਾਬ ਹੋ ਗਿਆ ਜੀ ਮੇਰਾ। ਇਹ ਪਾਣੀ ਬਹੁਤ ਮੁਸਕ ਆਉਂਦਾ ਜੀ ਸਾਨੂੰ, ਸਾਰੀ ਰਾਤ 7 ਸੌਣੇ ਦਾ ਮੱਛਰ ਬਹੁਤ ਹੈ, ਬੱਚਿਆਂ ਨੂੰ ਸਾਡਿਆਂ ਨੂੰ ਬਿਮਾਰੀ ਲੱਗੀ ਪਈ ਹੈ ਜੀ, ਅੱਖਾਂ ਪੱਕੀਆਂ ਪਈ, ਸਰੀਰ ਪੱਕਿਆ ਪਿਆ ਜੀ ਉਹਨਾਂ ਦਾ, ਇਹਨੇ ਬਹੁਤ ਸਾਨੂੰ ਗੰਦਗੀ ਬਹੁਤ ਪਈ ਪਈ ਸਾਡੇ। ਸਿਹਤ ਵਿਭਾਗ ਵਾਲਾ ਕੋਈ ਆਉਂਦਾ ਨੀ? ਉਦੋਂ ਤਾਂ ਬੜੀਆਂ ਦਵਾਈਆਂ ਛਿੜਕ ਰਹੇ ਸੀ ਹੜਾਂ ਦੇ ਵਿੱਚ, ਕੋਈ ਵੀ ਨਹੀਂ ਆਉਂਦਾ ਜੀ, ਆਏ ਤੇ ਜੀ ਬਸ ਮੁੜ ਕੇ ਨਹੀਂ ਆਏ ਹੈਗੇ, ਮੁੜ ਕੇ ਕੋਈ ਨਹੀਂ ਆਇਆ ਜੀ, ਮੁੜ ਕੇ ਦਵਾਈਆਂ ਦੁਈਆਂ ਦੇਣ ਕੋਈ ਆਇਆ ਨਹੀਂ ਪੁੱਛਣਾ? ਨਹੀਂ ਜੀ, ਕੋਈ ਨਹੀਂ ਆਇਆ, ਕੋਈ ਨਹੀਂ ਜੀ ਆਇਆ। ਬੇਸ਼ੱਕ ਉਸ ਵੇਲੇ ਤਾਂ ਹਰ ਇੱਕ ਲੀਡਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਦੌਰੇ ਦੇ ਉੱਤੇ ਦੌਰਾ ਕਰ ਰਿਹਾ ਸੀ, ਪਰ ਅੱਜ ਇਹਨਾਂ ਹੜ੍ਹ ਪੀੜਤਾਂ ਨੂੰ ਕੋਈ ਨਹੀਂ ਪੁੱਛ ਰਿਹਾ, ਕਿਉਂਕਿ ਹੁਣ ਇੱਥੇ ਰਾਜਨੀਤਿਕ ਵਾਹਵਾਈ ਦੀ ਪੂਰਤੀ ਨਹੀਂ ਹੋ ਰਹੀ। ਮਾਤਾ ਜੀ, ਕੀ ਨਾਮ ਹੈ ਆਪਣਾ? ਮੇਰਾ ਜੀ ਦਰਸ਼ਨ ਕੌਰ ਹੈ। ਕਿਹੜੇ ਪਿੰਡ ਤੋਂ ਗੱਲ ਕਰ ਰਹੇ ਹੋ? ਫੂਲ ਕਲਾਂ ਤੋਂ। ਅੱਛਾ, ਕਿੰਨਾ ਕੁ ਨੁਕਸਾਨ ਹੋਇਆ ਸੀ ਹੜਾਂ 'ਚ ਤੁਹਾਡਾ? ਨੁਕਸਾਨ ਜੀ, ਸਾਡਾ ਇੱਥੇ 2 ਗਾਇਆਂ ਖੜੀਆਂ ਸੀਗੀਆਂ, 3-5 ਵਜੇ ਉਹ ਹੜ ਗਈਆਂ, ਗਾਇਰੇ ਮੇਰੀਆਂ ਗਾਇਆਂ ਮਰ ਗਈਆਂ, ਹੜ ਗਈਆਂ। ਹਾਂਜੀ, ਬਾਕੀ ਸਾਨੂੰ ਕੁਛ ਨਹੀਂ ਦਿੱਤਾ ਸਰਕਾਰ ਨਾਲ। ਸਰਕਾਰ ਉਹਦੇ ਜਿਹੜੀ ਹੈਗੀ ਆ ਮੁਆਵਜ਼ਾ ਵਾਸਤੇ ਆਏ ਸੀ ਕੋਈ ਦੇਖਣ? ਲਿਖ ਕੇ ਲੈ ਗਏ ਆ, ਮੁੜ ਕੇ ਕੋਈ ਨਹੀਂ, ਕਹਿੰਦਾ ਸਰਕਾਰ ਕੋਲ ਪੈਸਾ ਨਹੀਂ ਹੈਗਾ। ਅੱਛਾ ਅੱਛਾ, ਤੇ ਜਿਹੜੇ ਲੀਡਰ ਵੋਟਾਂ ਮੰਗਣ ਆਉਂਦੇ ਆ ਉਦੋਂ ਉਦੋਂ ਫਿਰ ਉਹ ਤਾਂ ਕਿਸੇ ਗੱਲ ਕਰ ਜਾਊਂਗੇ, ਹੁਣ ਵੋਟਾਂ ਨੂੰ ਮਿਲ ਗਈਆਂ ਉਹਨਾਂ ਨੂੰ ਉਰੇ ਤੇ। ਹਾਂ, ਜਾਂ ਸਾਨੂੰ ਤਾਂ 3800 ਦਾ ਚੈੱਕ ਵੀ ਨਹੀਂ ਮਿਲਿਆ। ਅੱਛਾ, ਨਹੀਂ ਸਰਕਾਰ ਤਾਂ ਕਹਿੰਦੀ 2 ਕਰੋੜ ਰੁਪਏ ਦੇ ਅਸੀਂ ਦਿੱਤੇ ਆ ਮੁਆਵਜ਼ਾ ਦਿੱਤਾ। ਕੋਈ ਨਹੀਂ ਜੀ, ਦਿੱਤੇ 1 ਰੁਪਈਆ ਨਹੀਂ ਦਿੱਤਾ, ਤੂੰ ਮੈਂ ਨਾ ਸੇਵਾ ਕਰੀ ਆ ਸਾਡੀ, ਪੇਟੀਆਂ ਦੇਖ ਲਓ ਮੇਰੀ ਤਾਂ ਗਲੀ ਪਈ, ਅੰਦਰ ਰੱਖਣੇ ਨੂੰ ਤਾਂ ਉਹ ਨਹੀਂ ਹੈਗਾ ਕੱਪੜਾ, ਜਿਹੜਾ ਤੇਰੀ ਮੇਰੀ ਸੇਵਾ ਉਹ ਵੀ ਮੇਰੇ ਬਾਹਰ ਰੁੜਦੇ ਆ। ਜਿਹੜੀ ਸਰਕਾਰ ਕਹੀ ਜਾਂਦੀ 2 ਕਰੋੜ ਰੁਪਏ ਦਿੱਤਾ ਉਹ ਕਿੱਥੇ ਗਿਆ ਫਿਰ? ਕੋਈ ਨਹੀਂ ਦਿੱਤਿਆ ਜੀ ਸਾਨੂੰ ਸਰਕਾਰ ਨਾਲ, ਸਰਕਾਰ ਸਾਡੇ ਮੂਹਰਾਂ ਆਇਆ ਕੈਪਟਨ, ਉੱਥੇ ਤੇ ਮੁੜ ਗਿਆ, ਸਾਨੂੰ ਨਹੀਂ ਪਤਾ ਬੜਿਆਂ ਦੇ ਘਰ ਭਰ ਗਿਆ, ਸਾਨੂੰ ਨਹੀਂ ਪਤਾ ਛੋਟਿਆਂ ਦੇ ਭਰ ਗਿਆ, ਬੰਨ ਪਰ ਜਿੱਥੇ ਤੇ ਟੁੱਟ ਗਿਆ ਸੜਕ। ਆ ਸੜਕ ਤੁਹਾਡੀ ਬਣਾਈ ਨਹੀਂ ਹਾਲੇ ਤੱਕ? ਅਜਾ ਸਾਡੀ ਸੜਕ ਦਾ ਕੋਈ ਨਾਂ ਨਹੀਂ ਲੈਂਦਾ। ਸਰਕਾਰੀ ਵਾਅਦੇ ਖਬਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਤ ਰਹਿੰਦੇ ਨੇ, ਇਹ ਪੂਰੇ ਹੋਣ ਇਸ ਦੀ ਕੋਈ ਗਰੰਟੀ ਨਹੀਂ ਲੈ ਸਕਦਾ, ਇਸ ਕਰਕੇ ਅਸੀਂ ਵੀ ਇਹਨਾਂ ਦੀ ਗਰੰਟੀ ਨਹੀਂ ਲੈਂਦੇ।
ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ, ਪਹਿਰੇਦਾਰ ਟੀਵੀ।